ਕੀਤਾ ਅੱਖੀਆਂ ਸਵਾਲ ਮੈਂ ਜਮਾਇਆ ਮੈਨੂੰ ਨਾਲ ਮੇਰਾ ਕੱਲਿਆਂ ਨੀ ਦਿਨ ਲੰਘਣਾ ਡੋਲਾਂਗੇ ਕੱਲੀ ਮਾਰੀ ਜਾਵਾਂਗੀ ਗਰ ਕੁਝ ਕਿਹੜਾ ਹੁੰਦਾ हेलो हाँ जी की हाल वा मैं वाले हाँ तू सुना अच्छा जी चल ठीक है मैं पिंड ही है अच्छा चल मैं इतों वेना कोई शैल लगना फिर मैं आना तेरे को जाना पैसी मेरा कल्याण दिन लंघना भरावा मैनू भी ले जो थोड़ा कान आंदा वो ठुमके लवाता तू जाना कि ठुमके भी ला ठुमके छड़ पिछे हो गए खलो दे लत्ती ना खा ली दस जाना कि पैसे मैं सवारियां पाईया छेती का टाइम नहीं है सवारियां पाईया मेनू भी बाला के सवारियां ने ला बे यार जाना किथे पहले वो तो दस मैं तेन दसिया भी है कि हम बहस करी जा रहे हैं चलाया तेन उ ला दंगा जिथे इन्होंने लावगा अच्छा तू दस तू किथे जाना जगह का ना दस ना जाना किथे हर थान के ना होंगे मैं तेन ना दसता वा हूं तेन पता होना चाहिए किन्नी देर तो टांगा चला तू मेरा इतने सीवी बना के देनी मैं टांगे तेन चला किन्ने साल तो रहे दस हो गए कोई चार पांच साल चार पांच साल तेन यही नहीं पता कि ऐसी जगह जिथे कोई नहीं होंगी यार खाली जगह जिथे कोई भी नहीं है बथेरे बंदे ने बंदे दूर बैठे ने तू फिरी जा इतने फिरना नहीं ना मैनू लै जा जरा खाली जगह इन खाली पी इत फिरी जा तू फिरना नहीं ना मैनू जाना वा जाना किथे जिथे बंदा भी कोई ना हो एहो जी केड़ी थां ते तू जाके उथे की आंदे तोड़ने ने जाके खाली थां ते भाई ओ भी जालम टांगा कराया सानू भी जान दे तुसी आ बाबा जी खलो जो बाबा जी खलो जो बाबा जी खलो जो यार तेनू पर किराए ना मतलब किराया दस लै किराए दा मतलब मैं किराया लैके मैं उथो वापसी किनू भाग के लियावांगा मेरी रोजी रोटी दा मसला भरा खलोया बिलो खलोया खलोया इंदे ना मुक लैंदे पहले आज मैं बिलो तेरे दे ठुमके ही वहा दे फिर मैनू ठुमके लाने इथे ओ मुजरा कर दिए तेन जिथे तू जाना उ बंदा ना तेरिया गल जी ने मेरे समझो बार हो
ਜਾ ਜਿਹੜੇ ਕੰਮ ਲੱਗਾ ਹੈ ਮੱਛੀਆਂ ਮੁੱਛੀਆਂ ਫੜ ਜਾ ਕੇ ਚੱਲ ਵੀ ਲੋ ਚੱਲੀਏ ਮੱਛੀਆਂ ਤੇ ਮੈਂ ਕਿਹੜੀਆਂ ਫੜਨ ਆ ਪਿੱਛੇ ਆ ਵੇ ਪਿੱਛੇ ਸੂਆ ਵਗਦਾ ਮੱਛੀਆਂ ਨਹੀਂ ਹੈਗੀਆਂ ਇੱਥੇ ਟੁੱਬੀ ਲਾ ਤੈਨੂੰ ਹੋਸ਼ ਆਵੇ ਟੁੱਬੀ ਲਾਵਾਂ ਕੁਝ ਹੋਰ ਨਾ ਵਿੱਚ ਰੁਲਿਆ ਆ ਕਿੱਥੋਂ ਆ ਗਿਆ ਤੂੰ ਰੁਲਿਆ ਮੈਂ ਤੈਨੂੰ ਰੁਲਿਆ ਲੱਗਣਾ ਵਾ ਮੇਰੇ ਤਾਂ ਇਹ ਮਿੱਟੀ ਦੇ ਇੱਥੇ ਲੱਗਿਆ ਤੂੰ ਇੱਥੋਂ ਅੱਗੇ ਮੇਰੇ ਨਾਲ ਤਪਣ ਨੇ ਖਲਾਉਂਦਾ ਨਹੀਂ ਤੈਨੂੰ ਮੈਂ ਦੱਸਾਂ ਤੈਨੂੰ ਮੈਂ ਤਾਂ ਆਏ ਹੋਏ ਇਹਨੂੰ ਏਡਾ ਦੀ ਕਿਤੇ ਨਹੀਂ ਆਉਂਦਾ ਮਾਸ਼ਾ ਠੰਡਾ ਹੋ ਠੰਡਾ ਹੋ ਠੰਡਾ ਹੋ ਚੱਲ ਦੱਸ ਫਿਰ ਕਿਹਾ ਕਿ ਹੋਰ ਨੂੰ ਲਾਈ ਦੱਸ ਫਿਰ ਕਿਰਾਇਆ ਕਿੰਨਾ ਲਾਇਆ ਕਿਰਾਇਆ ਤੂੰ ਥਾਂ ਤੇ ਦੱਸ ਜਾਣਾ ਕਿੱਥੇ ਯਾਰ ਤੈਨੂੰ ਆਪਣੀ ਰੋਜ਼ੀ ਨਾ ਮਤਲਬ ਹੈ ਕਿਰਾਇਆ ਦੇ ਰਿਆਂ ਤੂੰ ਲੈ ਜਾ ਮੈਨੂੰ ਕਿਤੇ ਲੈ ਯਾਰ ਮੈਂ ਵਾਪਸੀ ਖਾਲੀ ਆਵਾਂਗਾ ਤੂੰ ਖਾਲੀ ਆ ਜੀ ਬੜੀ ਗੱਲ ਹੈ ਤੇਰੀ ਮੇਰੇ ਤੋਂ ਪੈਸੇ ਡਬਲ ਲੈ ਲੈ ਮੈਂ ਨਹੀਂ ਲੈਂਦਾ ਤੂੰ ਥਾਂ ਦਾ ਨਾਂ ਦੱਸ ਭਾਈ ਤੂੰ ਤੇ ਬੰਦਾ ਨਹੀਂ ਠੀਕ ਲੱਗਣ ਦਿਆ ਮੈਨੂੰ ਪਰ ਜਾ ਕਿੱਥੋਂ ਆਇਆ ਪਤਾ ਨਹੀਂ ਯਾਰ ਕੀ ਹੋ ਗਿਆ ਕੀ ਹੋ ਮੈਨੂੰ ਲੜਨ ਨੂੰ ਟਾਈਮ ਨਾ ਤੂੰ ਸਾਡਾ ਜ਼ਾਇਆ ਕਰ ਟਾਈਮ ਨਾ ਜ਼ਾਇਆ ਕਰ ਤੂੰ ਚੱਲ ਵੀ ਲੋ ਚੱਲ ਨਾ ਜਾ ਕੇ ਦਫ਼ਤਰ ਉੱਥੇ ਭਾਈ ਸਾਡੀ ਮਾੜੇ ਲੋਕ ਇਹੋ ਹੀ ਰੋਜ਼ੀ ਰੋਟੀ ਸਾਡੀ ਇੱਥੋਂ ਆ ਗਿਆ ਉੱਠ ਕੇ ਮੈਂ ਇੱਥੋਂ ਹੀ ਉੱਠ ਕੇ ਆਇਆ ਵਾਂ ਤੇ ਨਜ਼ਰ ਨਹੀਂ ਆ ਤੇ ਇਹ ਵੀ ਕਹਿੰਦੇ ਨਾ ਜਿੱਥੋਂ ਉੱਠ ਕੇ ਆਇਆ ਨਾ ਉੱਥੇ ਟੁਰ ਜਾ ਫਿਰ ਵਾਪਸ ਓਏ ਮੇਰੇ ਤੋਂ ਐਵੇਂ ਲੱਤੇ ਨਾ ਸਾਲ ਮੈਂ ਤੈਨੂੰ ਕਹਿਣਾ ਮੁੜ ਜਾ ਮੈਂ ਆਵਾਂ ਫਿਰ ਥੱਲੇ ਤੈਨੂੰ ਦੱਸਾਂ ਮੈਂ ਵੱਡੇ ਆਇਆ ਥੱਲੇ ਆ ਆਪਾਂ ਥੱਲੇ ਖਲੋ ਕੇ ਥੱਲੇ ਆ ਜਾਂ ਨਾ ਥੱਲੇ ਮੈਂ ਡਰਨਾ ਤੇਰੇ ਤੋਂ ਓਏ ਨਾ ਨਾ ਉੱਤੇ ਹੀ ਰਹਿ ਤੂੰ ਬਾਕੀ ਆਣ ਲੱਗਾ ਚੱਲ ਦੱਸ ਕਿੱਥੇ ਜਾਣੀ ਨਹੀਂ ਤੈਨੂੰ ਫਿਰ ਪਤਾ ਕਿਸੇ ਐਸੀ ਥਾਂ ਓਏ ਆ ਭਾ ਖੁੱਲੀ ਥਾਂ ਪਈ ਇਹ ਇੱਥੇ ਕਿੱਥੇ ਜਾ ਕੇ ਲੈ ਉੱਥੇ ਲੇਟਣੀਆਂ ਤੈਨੂੰ ਹੋਸ਼ ਆਵੇ ਪਤਾ ਨਹੀਂ ਕਿੱਥੋਂ ਉੱਠ ਕੇ ਆ ਗਿਆ ਲੈ ਮੈਨੂੰ ਦੋਰੇ ਪੈਂਦੇ ਨੇ ਆ ਤੇ ਪੈ ਜਾਣਗੇ ਹੁਣ ਇੱਥੇ ਆ ਜਾ ਥੱਲੇ ਤੇਰੀ ਮਿਹਰਬਾਨੀ ਭਰਾ ਲੈ ਉਹ ਮਿਹਰਬਾਨੀ ਤੇ ਤਦ ਹੋਏ ਕੋਈ ਜਗ੍ਹਾ ਦਾ ਨਾਂ ਵੀ ਦੱਸੇ ਭਾ ਮੈਂ ਉੱਥੇ ਜਾਣਾ ਫਲਾਣੀ ਜਗ੍ਹਾ ਤੇ ਮੈਂ ਅੱਡੇ ਤੇ ਜਾਣਾ ਮੈਂ ਕਿਤੇ ਬੈਗਨ ਤੇ ਬਾ ਦੇ ਮੈਨੂੰ ਕਿਸੇ ਰਿਕਸ਼ੇ ਤੇ ਚਾੜ ਦੇ ਤੂੰ ਭਾ ਅੱਗੋਂ ਖੁੱਲੀ ਜਗ੍ਹਾ ਤੇ ਲਾਇਆ ਖੁੱਲੀ ਜਗ੍ਹਾ ਤੇ ਲਾਇਆ ਖੁੱਲੀ ਜਗ੍ਹਾ ਤੇ ਨਹੀਂ ਵਿਹਲੀ ਜਗ੍ਹਾ ਮੌਤ ਦੇ ਖੂਹ 'ਚ ਜਾਣਾ ਮੋਟਰਸਾਈਕਲ ਚਲਾਣੀ ਖੁੱਲੀ ਜਗ੍ਹਾ ਤੇ ਜਾ ਕੇ ਆ ਤੇ ਆਊਟ ਚਲਾ ਕੇ ਲਿਆਣ ਡਿਆ ਕਿ ਇੱਥੇ ਡਾ ਕੇ ਲਿਆਉਂਦੇ ਆ ਇਹਨੂੰ ਪੜ ਲੱਗੇ ਨੇ ਨਹੀਂ ਇਹ ਮੌਦਾ ਖੂਹ ਹੈ ਮੌਦਾ ਖੂਹ ਤੇ ਤੂੰ ਲੱਗਦਾ ਕਿਤੇ ਮੋਟਰਸਾਈਕਲ ਚਲਾਉਂਦਾ ਰਿਹਾ ਜਿਹੋ ਜੀ ਤੇਰੀ ਹਾਲਤ ਹੈ ਚੱਲ ਮੈਨੂੰ ਫਿਰ ਇੰਜ ਕਰ ਤੂੰ ਆਪਣਾ ਇਸਲਾਮਾਬਾਦ ਲੈ ਜਾ ਇਸਲਾਮਾਬਾਦ ਇੱਥੇ ਕੀ ਡੀਜ਼ਲ ਤੇ ਚੱਲਦੀ ਹੈ ਡੀਜ਼ਲ ਤੇ ਚੱਲਦੀ ਹੈ ਤੇ ਨਹੀਂ ਪਉਂਦਾ ਇੰਜ ਉਹ ਪਾ ਜਾ ਪਾ ਕੰਮ ਕਰ ਤੂੰ ਤੇ ਮੈਨੂੰ ਉਂਝ ਹੀ ਲੱਗਦਾ ਹਿੱਲਿਆ ਪੀ ਪੂ ਕੇ ਤੇ ਨਹੀਂ ਆਇਆ ਕਿਤੇ ਨਸ਼ਾ ਕੀਤਾ ਹੀ ਹੋਚੇ ਨਹੀਂ ਹੋਚੇ ਆ ਕਿੰਨੀਆਂ ਉਂਗਲਾਂ ਨੇ ਉਹ ਹੈਲੋ ਕੀ ਕਰ ਰਹੇ ਆ ਹੱਥ ਪਿੱਛੇ ਕਰ ਆਪਣਾ ਜਾ ਜਾ ਪਾ ਟੁਰ ਜਾ ਚੱਲ ਭਰਾ ਮੈਨੂੰ ਵੀ ਲਈ ਜਾ ਫਿਰ ਕਿੰਨਾ ਕਰਾਇਆ ਉਹ ਤਾਂ ਤੇ ਦੱਸ ਦੇ ਕੋਈ ਜਾਣਾ ਕਿੱਥੇ ਹੀ ਖਸਮਾ ਜਾਣ ਤੇ ਦੱਸਣ ਤੇ ਡਿਆ ਵਾਂ ਤੈਨੂੰ ਕਿੱਥੇ ਜਾਣਾ ਹੀ ਇਸਲਾਮਾਬਾਦ ਜਾਣਾ ਵਾ ਇਸਲਾਮਾਬਾਦ ਉੱਥੇ ਜਾ ਕੇ ਕਿਸੇ ਬੱਸ ਬੁਸ ਤੇ ਆ ਤੈਨੂੰ ਅੱਡੇ ਤੇ ਬਾ ਦੇਣਾ ਵਾ ਉੱਥੇ ਅੱਡੇ ਤੋਂ ਬਾਅਦ ਨਹੀਂ ਮੈਂ ਸਾਲਮ ਕਰਾ ਕੇ ਜਾਣਾ ਉਹ ਸਾਲਮ ਭਾਈ ਉਹਨਾਂ ਪੈਸੇ ਦਿੱਤੇ ਨੇ ਉਹਨਾਂ ਦਾ ਟਾਈਮ ਬਰਬਾਦ ਦਿਆ ਕਰਨ ਐ ਵੀ ਤੇ ਮੈਂ ਨਹੀਂ ਪੈਸੇ ਦੇਣੇ ਕਿ ਮੈਂ ਤੈਨੂੰ ਕੀ ਦੇਣਾ ਤੂੰ ਜਗ੍ਹਾ ਤੇ ਦੱਸ ਭਾ ਜਾਣਾ ਕਿੱਥੇ ਇਸਲਾਮਾਬਾਦ ਇਸਲਾਮਾਬਾਦ ਲਾਈਏ ਤੂੰ ਇਸਲਾਮਾਬਾਦ ਉਡਾ ਕੇ ਲੈ ਜਾਈਏ ਵੇਖੀ ਤੇਰੇ ਇੱਥੇ ਲੰਮਿਆ ਪਾਉਂਦਾ ਮੈਂ ਤੈਨੂੰ ਨਹੀਂ ਏਡਾ ਤੂੰ ਫੋਨ ਚਲਾਣਾ ਅੱਛਾ ਚੱਲ ਬਹੁਤਾ ਤੱਤਾ ਨਾ ਉਹਦੇ ਮੈਨੂੰ ਬਾਇਆ ਫਿਰ ਚਲਾ ਫਿਰ ਮੈਂ ਤੈਨੂੰ ਕਿੱਥੇ ਬਹਾਲਾ ਇਸਲਾਮਾਬਾਦ ਫੇਰ ਉਹੀ ਗੱਲ ਯਾਰ ਤੂੰ ਕੀ ਬੰਦਾ ਯਾਰ ਤੈਨੂੰ ਕਰਾਇਆ ਨਾ ਮਤਲਬ ਮੈਨੂੰ ਤੇਰੀ ਨਹੀਂ ਸਮਝ ਆਉਂਦੀ ਤੈਨੂੰ ਹੋਸ਼ ਹੀ ਨਹੀਂ ਹੈਗੀ ਚੱਲ ਯਾਰ ਫਿਰ ਮਕਾ ਕਿੰਨਾ ਕਿਰਾਇਆ ਮਕਾਨਾ ਹੀ ਬਾ ਨਾ ਮਕਾ ਕੀ ਤੈਨੂੰ ਮੈਂ ਕਿਰਾਇਆ ਮਕਾਇਆ ਉਹਨਾਂ ਨਾਲ ਉਹਨਾਂ ਸਾਲਮ ਕਰਾਇਆ ਉਹ ਤੇ ਬਹਿਣ ਨਹੀਂ ਦੇਣਦੇ ਤੈਨੂੰ ਮੈਂ ਫਿਰ ਵੀ ਉਹਨਾਂ ਦਾ ਤਰਲਾ ਪਾਇਆ ਕਿ ਚਲੋ ਕੋਈ ਨਹੀਂ ਕਿੱਥੇ ਜਾੜਾਂ 'ਚ ਖਲੋਤਾ ਹੈ ਬਾਹਰ ਨਹੀਂ ਦੇਣਦੇ ਮੈਂ ਜੇਬਾਂ ਕੱਟਣਾ ਵਾ ਲੋਕਾਂ ਨੇ ਤੇਰਾ ਕੀ ਪਤਾ ਜਿਹੋ ਜਿਹੀਆਂ ਤੇਰੀਆਂ ਜਿਹੜੀ ਜਿਹੋ ਜਿਹੀਆਂ ਤੇਰੀਆਂ ਹਰਕਤਾਂ ਨੇ ਕਰਤੂਤਾਂ ਨੇ ਤੇਰੀਆਂ ਕੀ ਪਤਾ ਤੂੰ ਕੀ ਕੁਛ ਕਰਦਾ ਆਇਆ ਹਿੱਲਿਆ ਆਏ ਉਂਝ ਤੂੰ ਯਾਰ ਭਰਾ ਤੈਨੂੰ ਪੈਸਿਆਂ ਨਾਲ ਮਤਲਬ ਹੈ ਤੂੰ ਮੈਨੂੰ ਬਾਹਰ ਲਾ ਦੀ ਇਸਲਾਮਾਬਾਦ ਭਾ ਕਿੱਥੇ ਮੋਟਰਵੇ ਤੇ ਪਾ ਲਈਏ ਇਸਲਾਮਾਬਾਦ ਆ ਵੇਦਾ ਨਹੀਂ ਕਿੱਥੇ ਤੂੰ ਫਿਰਨ ਰਿਹਾ ਕੀ ਹੋਇਆ ਤੈਨੂੰ ਕੀ ਇਹ ਤੇ ਕੀ ਇਹ ਮੋਟਰਵੇ ਤੇ ਨਹੀਂ ਚੜਦਾ ਜਾ ਉੱਥੇ ਟੂਬੀ ਛੁੱਬੀ ਲਾ ਤੈਨੂੰ ਹੋਸ਼ ਫਿਰੇ ਨਹੀਂ ਟੂਬੀ ਛੁੱਬੀ ਲਾ ਮੈਂ ਜਾਣਾ ਅੱਗੇ ਮੈਂ ਸੂਟ ਪਾ ਕੇ ਆਇਆ ਮੈਂ ਸੂਟ ਪਾ ਕੇ ਆਇਆ ਸਾਡੇ ਸਿਰ ਸਹਾਨ ਕੀਤਾ ਹੀ ਜਿੱਥੇ ਜਾਣਾ ਹੀ ਜਾ ਨਹੀਂ ਤੇ ਇਹ ਮੋਟਰਵੇ ਕਿਉਂ ਨਹੀਂ ਚੜਦੀ ਮੋਟਰਵੇ ਇੱਥੇ ਤੂੰ ਮੈਨੂੰ ਹੋਸ਼ ਹੀ ਨਹੀਂ ਤੈਨੂੰ ਲੱਗਦਾ ਹੈਗੀ ਮੋਟਰਵੇ ਮੋਟਰਵੇ ਤੂੰ ਲਾਈ ਏ ਪਿੰਡ 'ਚ ਖਲੋ ਕੇ ਤੂੰ ਮੋਟਰਵੇ ਸਾਨੂੰ ਦੱਸਣ ਦਿਆ ਨਾ ਮੈਂ ਕਦੀ ਗਿਆ ਨਾ ਮੈਨੂੰ ਪਤਾ ਤੇ ਚਲਾ ਮੈਂ ਤੈਨੂੰ ਦੱਸਣਾ ਨਾ ਫਿਰ ਆ ਦੱਸਣਾ ਤੂੰ ਇੱਥੇ ਬੜਾ ਗੂਗਲ ਮੈਪ ਖੋਲਿਆ ਆਪਾਂ ਮੈਪ ਲਾ ਲੈਨੇ ਆਪਾਂ ਉਹਦੇ ਤੇ ਟੈਲੀਫੋਨ ਤੇ ਲੋਕੇਸ਼ਨ ਪਾ ਕੇ ਲਗੇ ਜਾਂਦੇ ਲੋਕੇਸ਼ਨ ਪਾ ਕੇ ਮੈਨੂੰ ਕੀ ਪਤਾ ਕਿੱਥੇ ਲੈ ਜਾਈਏ ਮੈਨੂੰ ਉਤੋਂ ਮੇਰੀ ਘੋੜੀ ਭੁੱਖੀ ਭਾਰੀ ਜਿਹੋ ਜੀ ਮਰਜ਼ੀ ਨਾਲ ਮੈਂ ਲਈ ਫੇਰਾਂ ਉਹਨੂੰ ਵੀ ਨਾਲੇ ਮੈਂ ਲਵਾਂ ਆਪਣੇ ਜਾਨਵਰ ਦੀ ਬਿੱਲੋ ਆ ਮੇਰੀ ਸ਼ਹਿਜ਼ਾਦੀ ਆ ਮੇਰੀ ਠੁਮਕੇ ਤੇ ਲਾ ਤੇ ਠੁਮਕੇ ਲਾ ਤੂੰ ਇੱਥੇ ਮੁਜਰਾ ਵੇਖਣ ਆਇਆ ਜਿੱਥੇ ਜਾਣਾ ਹੀ ਦੱਸ ਦੀ ਗੱਲ ਕਰ ਟਾਈਮ ਨਾ ਜਾਇਆ ਕਰ ਮੇਰਾ ਚੱਲ ਮੈਨੂੰ ਲੈ ਜਾ ਫਿਰ ਨਾਲ ਇਸਲਾਮਾਬਾਦ ਲੈ ਜਾ ਕਿੱਥੇ ਇਸਲਾਮਾਬਾਦ ਇੱਥੋਂ ਅੱਡੇ ਤੇ ਬਾਹ ਦੇਣਾ ਤੈਨੂੰ ਜਿੱਧਰ ਮਰਜ਼ੀ ਜਾਂਦਾ ਵੀ ਨਹੀਂ ਜਾਂਦੀ ਡਰਦੀ ਹੈ ਇਸਲਾਮਾਬਾਦ ਡਰਦੀ ਉਹ ਜਾਨਵਰ ਇੱਥੇ ਗੱਡੀ ਟ੍ਰੈਫਿਕ ਇੰਨੀ ਹੁੰਦੀ ਹੈ ਇੱਥੇ ਪਿੰਡਾਂ ਥਾਵਾਂ ਦੇ ਵਿੱਚ ਸਾਡਾ ਹੋਰ ਹਿਸਾਬ ਹੈ ਭਾ ਤੂੰ ਸਾਡੇ ਮਤਲਬ ਦਾ ਬੰਦਾ ਨਹੀਂ ਹੈ ਚੱਲ ਬਿਲੋ ਚੱਲ ਉਹ ਨਹੀਂ ਚੱਲ ਬਿਲੋ ਚੱਲ ਵੀ ਚੱਲ ਬਿਲੋ ਤੇਰੀ ਯਾਰ ਤੇ ਕੀ ਹੋ ਗਈ ਯਾਰ ਮੈਨੂੰ ਤੇਰੀ ਨਾ ਮੁਰਜਾ ਮੈਂ ਤੈਨੂੰ ਕਹਿਣਾ ਮੁਰਜਾ ਪਿੱਛੇ ਯਾਰ ਅਸੀਂ ਨਹੀਂ ਬਾਣਾ ਤੈਨੂੰ ਪਿੱਛੇ
सीधी तरीके तेन ला देना बसा रिक्शे सब कुछ जाना ही मेरे ना जाना मैं फिर अड्डे तक ही जाना ही उस तो अगे नहीं मैं जाना इस्लामाबाद फिर मैं तेन मुड़ जा मैं सालम लैके जाना वा तेन सालम इथे तू सालम जिन्ना किराया उन्होंने मैं की आखा खलोता जंगला चो जी पता नहीं कितो उठ के आ गया कि बदरू बदरू तो नहीं हैगी तू चंबड़ ना जाई सानू तू तो बंदा ही मशकूक जा लगदा मैं बुलावा हुणे पुलिस इत्थे समोसे लाना तेरे जे ओ ना बड़े कटाए ने अगे भी चल यार मुकदी मका तू शरीफ आदमी लगता भी नहीं उंजी तू शक्लो तू बड़ा इथे हाजी है शरीफ आदमी बोदियां गल्लां ना कर पतर पतर सुथरा तू इथे मेनू मेरे मुंह को पुठी जे गल ना सुन ली नहीं राती की ला के सोना दस राती की ला के सोना कुंडा ला के सोई दा और इथे की लाई दा कुंडा किथे मुंह ते लाऊंगा रोजी कमा जेड़ा किराया लाना ही आपां उत्थों अद्धे घंटे नूं आपां रुकना मैं कहना तू जेड़ा डीजल ते पेट्रोल दीआं गल्लां करना ना तू थोड़ा जिहा पी ते टुरदा नाल तेरा भार होला है जिड्डा तेरा वजूद है मैं टायर लवाए तू मेरे टांगे ते बह गया ते मेरे टांगे दा उंज तू बुरा हाल कर देना तू जेड़ी गल करनी कर मेनू छड़ मैं जो करना जो नहीं करदा लबना पता लगे तेरा कुछ शह कड लियो मेरी शक्लो ही चोर लगना मेनू तेरे मेनू चोर लगना
ਚੱਲ ਬੈ ਛੇਤੀ ਕਰ ਬੈ ਚ ਮੈਂ ਕਹਿਣਾ ਪਾਸੇ ਹੋ ਜਾ ਛੱਡ ਚਾਂਗੇ ਤੋਂ ਹੱਥ ਹੱਥ ਪਿੱਛੇ ਕਰ ਚਾਂਗੇ ਤੋਂ ਘੋੜੀ ਡਰਾਣੀ ਹੂੰ ਮੇਰੀ ਘੋੜੀ ਡਰਾਉਣੀ ਹੈ ਤੇ ਮੈਂ ਉਹਨੂੰ ਘੋੜੀ ਨੇ ਉਂਝ ਭਾਵੇਂ ਡਰ ਜੇ ਕਿ ਸੰਡਾ ਆ ਗਿਆ ਅੱਗੇ ਰਾਹ ਚ ਸੰਡਾ ਆ ਗਿਆ ਤੇ ਦੱਸਾਂ ਤੈਨੂੰ ਤੂੰ ਉਹ ਪਿੱਛੇ ਫੇਰ ਤੈਨੂੰ ਮੈਂ ਕਹਿਣਾ ਮੁੜ ਜਾ ਪਾਸੇ ਹੋ ਗਏ ਖਲੋ ਟਾਈਮ ਜਾਇਆ ਕਰਨ ਡਿਆ ਸਾਡਾ ਚੱਲ ਇੱਧਰ ਆ ਨਾ ਮੇਰੇ ਨਾਲ ਉਹ ਫੇਰ ਆ ਇੱਧਰ ਕਿੱਧਰ ਆਵਾਂ ਮੈਂ ਪਿੱਛੇ ਹੋ ਗਏ ਖਲੋ ਏਡਾ ਤੂੰ ਰਹਿੰਦਾ ਬਦਮਾਸ਼ ਕਿਰਾਇਆ ਮਕਾਨਾ ਦੱਸ ਜਾਣਾ ਕਿੱਥੇ ਤੂੰ ਗੱਲ ਹੀ ਨੀ ਕਰਦਾ ਅੱਗੇ ਇਸਲਾਮਾਬਾਦ ਲਾਈ ਤੂੰ ਮੇਰੇ ਨਾਂ ਨੂੰ ਛੱਡ ਤੂੰ ਆਪਣੀ ਦੱਸ ਕਿਹੜੇ ਕਿਹੜੇ ਕਿਹਦੇ ਘਰ ਹੈ ਕਿਹੜੇ ਪਿੰਡੋਂ ਹੈ ਕਿੱਥੋਂ ਆਇਆ ਤੂੰ ਛੱਡ ਮੈਨੂੰ ਤੂੰ ਨਾਂ ਵੇ ਇਹਦਾ ਤੂੰ ਤੋਂ ਇੱਥੇ ਪਹੁੰਚ ਗਿਆ ਤੈਨੂੰ ਕਹੀ ਐਡੀ ਦੂਰੋਂ ਸਾਡੀ ਨਿਗਾਹ ਹੋਵੇ ਕਿੱਥੋਂ ਦੀ ਕੇ ਸੜਕ ਜਾਂਦੀ ਸਾਡੀ ਤੇ ਨਿਗਾਹ ਨਹੀਂ ਪਈ ਕਿੱਥੋਂ ਕੋ ਤੱਕ ਜਾਂਦੀ ਪਤਾ ਨਹੀਂ ਕਿੱਥੋਂ ਉੱਠ ਕੇ ਇੱਕਦਮ ਇੱਥੇ ਆ ਪਿਆ ਜਾਂਦੇ ਯਾਰ ਤੂੰ ਮੇਰੇ ਨਾਲ ਤੂੰ ਮੈਨੂੰ ਇਹ ਦੱਸ ਸ਼ਾਮੀ ਬਾਲਾਂ ਲਈ ਰੋਜ਼ੀ ਨਹੀਂ ਕਮਾ ਕੇ ਲਿਜਾਣੀ ਅੱਲਾ ਦਾ ਸ਼ੁਕਰ ਹੈ ਰੋਜ਼ ਕਮਾ ਕੇ ਲਿਜਾਈਦੀ ਹੈ ਦਿੰਦਾ ਹੀ ਅੱਜ ਵੀ ਫਿਰ ਮੈਂ ਤੈਨੂੰ ਕਹਿ ਰਿਹਾ ਰੋਜ਼ੀ ਦਾ ਤੇਰਾ ਕੰਮ ਹੈਗਾ ਤੂੰ ਮੈਨੂੰ ਲੈ ਜਾ ਤੇ ਪੈਸੇ ਲੈ ਲਈ ਲੈ ਜਾ ਕੋ ਥਾਂ ਦੱਸ ਭਾ ਜਿੱਥੇ ਮੈਂ ਤੈਨੂੰ ਛੱਡਾਂ ਵਾ ਲਾਲਾ ਮੈਨੂੰ ਲੱਗਦਾ ਉਂਝ ਇੱਥੇ ਲੁੱਕ ਕੇ ਬੈਠਾ ਸੀ ਹਾਂ ਇਹ ਪਤਾ ਲੱਗੇ ਦੇ ਨਾਲ ਹੋਰ ਵੀ ਕਿੰਨੇ ਬੰਦੇ ਨਾਲ ਮੈਨੂੰ ਦੱਸੇ ਨਾ ਕਰੇ ਨਾ ਜਿਹੜਾ ਫੋਨ ਥਾਣੇ ਤੈਨੂੰ ਆਣਾ ਟਲ ਜਾ ਹੁਣ ਮੈਂ ਲੱਥੇ ਨਾ ਮਾਰ ਕਿੰਨੇ 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 ਬੰਦੇ ਜੇ ਦੱਸ ਜਿੱਡਾ ਤੇਰਾ ਮੂੰਹ ਹੀ ਨਾ ਓਡਾ ਮੇਰਾ ਹੱਥ ਹੀ ਖੁੰਨ ਖਾਏਗਾ ਮੇਰੇ ਕੋਲ ਓ ਬੈ ਆ ਐਡਾ ਤੂੰ ਮਾਜੂ ਭਲਵਾਨ ਰਹਿੰਦਾ ਓ ਚੱਲ ਉੱਥੇ ਬੈ ਹੱਥ ਤੂੰ ਮਾਰੇਗਾ ਲਾ ਮਾਰ ਕੇ ਤੈਨੂੰ ਸੁੱਖਾ ਮੁੱਕੀ ਤੇ ਇੱਥੇ ਹੁਣੇ ਵਿੱਚ ਲੰਮਿਆ ਪਾ ਦੂੰਗਾ ਮੈਂ ਤੈਨੂੰ ਚੱਲ ਬਾ ਲੰਮੇ ਪਾ ਦੂੰਗਾ ਮੈਂ ਵਿੱਚ ਗਿਆ ਤੇ ਪਾਣੀ ਬਾਹਰ ਆ ਜਾਣਾ ਪਾਣੀ ਉਹ ਤੇ ਗੱਲ ਤੋਂ ਠੀਕ ਹੈ ਜਿਹੋ ਜਿਹਾ ਤੇਰਾ ਵਜੂਦ ਹੈ ਤੇ ਤੋਂ ਤੇ ਬਾਹਰ ਵੀ ਨਹੀਂ ਨਿਕਲਿਆ ਜਾਣਾ ਬਾਹਰ ਤੂੰ ਛੱਡ ਤੂੰ ਮੈਨੂੰ ਤੇਰੀ ਮਿਹਰਬਾਨੀ ਹੁਣ ਬਹਿਸ ਨਾ ਕਰ ਮੈਨੂੰ ਦੱਸ ਕਿੰਨਾ ਕਰਾਇਆ ਇਸਲਾਮਾਬਾਦ ਜਾਣਾ ਮੈਂ ਫੇਰ ਤੈਨੂੰ ਦੱਸਾਂ ਇਸਲਾਮਾਬਾਦ ਲਾ ਛੱਡੀ ਤੂੰ ਅੱਡੇ ਦੀ ਘਰ ਜਾਣਾ ਹੀ ਜਾਂ ਬਜਾਣਾ ਹੀ ਤੇ ਦੱਸ ਨਹੀਂ ਤੇ ਮੈਂ ਨਹੀਂ ਮੈਨੂੰ ਬੜੇ ਸ਼ਾਰਟਕਟ ਪਤਾ ਆਪਾਂ ਪਿੰਡ ਉਹ ਸ਼ਾਰਟਕਟ ਤੂੰ ਇੱਥੇ ਭੈਣ ਗੁਰ ਮੈਂ ਭੇਗਾ ਤੈਨੂੰ ਸ਼ਾਰਟਕਟ ਪਤਾ ਨਹੀਂ ਇਹੋ ਜੀ ਥਾਂ ਤੇ ਕਿੱਥੇ ਸ਼ਾਰਟਕਟ ਤੇਰੇ ਆ ਗਿਆ ਸਿੱਧਾ ਰਾਹ ਜਾਂਦਾ ਹੀ ਸ਼ਾਰਟਕਟ ਆ ਖੁੱਲੀ ਥਾਂ ਹੀ ਇੱਥੇ ਵੜ ਜਾ ਲੈ ਲੈ ਸ਼ਾਰਟਕਟ ਜਿੰਨੇ ਲੈਣੇ ਨਹੀਂ ਉੱਠੀਆਂ ਪੁੱਠੀਆਂ ਗੱਲਾਂ ਹੀ ਕਰੀ ਜਾਂਦਾ ਤੇ ਚੱਲ ਭਰਾ ਗੱਲ ਗੱਲ ਨਬੇੜਨ ਵਾਲੀ ਕਾਰੋ ਗਾ ਉਹ ਨਬੇੜਨ ਨਬੂੜਨ ਵਾਲੀ ਮਾੜੀ ਹੈ ਭਰਾ ਚੱਲ ਲੈ ਚੱਲ ਬਿੱਲੋ ਬਿੱਲੋ ਤੇਰੀ ਇੱਕ ਮਿੰਟੋ ਕਰ ਲੈ ਚੱਲ ਬਿੱਲੋ ਯਾ ਬਿੱਲੋ ਬਿੱਲੋ ਸੁਣੇਗਾ ਪੁੱਠੀ ਜੀ ਗੱਲ ਚੱਲ ਬਹਿ ਮੂੰਹ ਤੇਰਾ ਆਪਣਾ ਪੁੱਠਾ ਗੱਲ ਤੂੰ ਕੀ ਪੁੱਠੀ ਹੋਰ ਮੈਂ ਦੱਸਾਂ ਵੱਡੇ ਸਾਂਡ ਨੂੰ ਚੱਲ ਬਹਿ ਬਹਿ ਮੇਰੇ ਨਾਲ ਮੇਰਾ ਵੀ ਚੱਲ ਬਹਿ ਤੂੰ ਮੈਨੂੰ ਮੂੰਹ ਮੂੰਹ ਕਰਨਾ ਤੂੰ ਉਹਨੂੰ ਕਰਨਾ ਕਿ ਮੈਂ ਘਰ ਤੂੰ ਉਹ ਤੇ ਸਮਝਦੀ ਮੇਰੀ ਜ਼ਮਾਨ ਨੂੰ ਤੇ ਤੂੰ ਮੇਰੀ ਨਹੀਂ ਸਮਝਣ ਦਿਆ ਤੂੰ ਇੱਥੇ ਪਤਾ ਨਹੀਂ ਕਿਹੜਾ ਕੋ ਮੇਰਾ ਹਾਲ ਮੇਰੇ ਮੂੰਹ ਨਿਕਲੇਗੀ ਪੁੱਠੀ ਜੀ ਗੱਲ ਚਲੋ ਭਾਈ ਬਾਬੂ ਇੱਥੇ ਮੇਰੇ ਨਾਲ ਕਿਰਾਇਆ ਨਿਬੇੜੋ ਜਿੰਨਾ ਕਰਨਾ ਉਹ ਕਿਰਾਇਆ ਤੇਰੇ ਨਾਲ ਤੇ ਤਦ ਨਿਬੇੜਾ ਨਾ ਤੂੰ ਮੈਨੂੰ ਦੱਸੇ ਭਾ ਮੈਂ ਇੱਥੇ ਕਿਤੇ ਲਾਗੇ ਜਾਣਾ ਤੂੰ ਇਸਲਾਮਾਬਾਦ ਮੈਂ ਤੈਨੂੰ ਲੈ ਜਾਵਾਂ ਇਸਲਾਮਾਬਾਦ ਮੈਂ ਤੈਨੂੰ ਇਸਲਾਮਾਬਾਦ ਪਤਾ ਲੱਗੇ ਉੱਥੇ ਜਾ ਕੇ ਮੈਂ ਆਪ ਗਵਾਚ ਗਿਆ ਵਾ ਗਵਾਚ ਗਿਆ ਤੂੰ ਬਾਹਰ ਬਾਹਰ ਹੋਣੂ ਮੈਂ ਉੱਥੇ ਘੋੜੀ ਸਾਂਭਾਂਗਾ ਆਪਣੀ ਕਿ ਆਪਣੇ ਆਪ ਨੂੰ ਸਾਂਭਾਂਗਾ ਉਹਨੂੰ ਮੈਂ ਖਵਾਵਾਂ ਪਿਆਵਾਂਗਾ ਕਿੱਥੋਂ ਇਸਲਾਮਾਬਾਦ ਲੈ ਜਾਣਾ ਤੂੰ ਮੈਨੂੰ ਚੱਲ ਬੈ ਤੇ ਮੇਰੇ ਨਾਲ ਕਿਰਾਇਆ ਨਾ ਬੇੜ ਕਿੰਨਾ ਲੈਣਾ ਫਿਰ ਉਹੀ ਗੱਲ ਮੈਂ ਕਹਿੰਦਾ ਯਾਰ ਮੈਨੂੰ ਨਾ ਤੂੰ ਤੇਰੀ ਮੈਂ ਖਲੋਇਆ ਯਾਰ ਇੱਕ ਤੇ ਤੂੰ ਬੜਾ ਕਾਲਾ ਹੈਗਾ ਬੈ ਤੇ ਗੱਲ ਪੈਣ ਨੂੰ ਆਉਣਾ ਮਿੰਟ ਬਾਅਦ ਹਾਂ ਅੱਡੇ ਦੀ ਘਰ ਚੱਲਾ ਹੀ ਆ ਅੱਡੇ ਤੇ ਜਾਣੀ ਤੇ ਚੁੱਪ ਕਰਕੇ ਉੱਥੇ ਬਹਿ ਜਾ ਨਹੀਂ ਤਾਂ ਇੱਥੇ ਬਹਿ ਜਾ ਮੈਨੂੰ ਗੱਲ ਜਿੱਦਾਂ ਤੇਰਾ ਵਜੂਦ ਹੈ ਘੋੜੀ ਨਾ ਚੁੱਕੀ ਜਾਏ ਮੇਰੀ ਇੱਥੇ ਬਹਿ ਜਾ ਆ ਜਾ ਹੁਣ ਬੰਦਾ ਬਣ ਕੇ ਨਹੀਂ ਤੇ ਭਰਾ ਇਹ ਗੱਲ ਤੇ ਦੱਸ ਮੈਨੂੰ ਫਿਰ ਗੱਲ ਦੱਸ ਮੈਂ ਤੈਨੂੰ ਮੈਂ ਗੱਲ ਪੁੱਛਾਂ ਹਾਂ ਤੈਨੂੰ ਕੋਲੇ ਤੇ ਨਹੀਂ ਖਾ ਕੇ ਆਇਆ ਬਾਲ ਦੇ ਕਿੱਡਾ ਨੂੰ ਸੱਤਾ ਹੈ ਸੱਤੇ ਆ ਕੋਲੇ ਤੋਂ ਬਾਅਦ ਤੂੰ ਮੇਰੇ ਗੋਲੀਆਂ ਤੇਰੀਆਂ ਪੁੱਠੀ ਗਲੀਆਂ ਗੱਲਾਂ ਨੇ ਤੇਰੀਆਂ ਮੈਂ ਤੈਨੂੰ ਦੱਸਾਂ ਮੈਂ ਮੇਰੇ ਤੋਂ ਅੱਜ ਜਿਹੜਾ ਨਾ ਕੋਈ ਹੋ ਜਾਣਾ ਨੁਕਸਾਨ ਮੈਂ ਤੈਨੂੰ ਦੱਸਦਾ ਨਹੀਂ ਤੂੰ ਲੈ ਲੈ ਮੈਂ ਕਰੀ ਜਾਣਾ ਗੱਲ ਇਹ ਬਦਮਾਸ਼ੀ ਬਾਬਾ ਇਹਦੀ ਵੇਖੀ ਮੈਂ ਕੱਢਦਾ ਹੁਣ ਇਹੋ ਜਿਹੀ ਬਦਮਾਸ਼ੀ ਉਗਾ ਰਿਹਾ ਤੇ ਸਾਨੂੰ ਤੁਸੀਂ ਨਹੀਂ ਨਹੀਂ ਮੈਂ ਬਦਮਾਸ਼ੀ ਮੈਂ ਬਦਮਾਸ਼ੀ ਬਦਮੂਸ਼ੀ ਤੇਰੀ ਹੁਣੇ ਕੱਢ ਦੇਣੀ ਚੱਲ ਬਹਿ ਤੇ ਜਾ ਯਾਰ ਮੇਰੀ ਧੋਣ ਆਕੜ ਗਈ ਉੱਤੇ ਵੇਖ ਕੇ ਉਹ ਖਰੋਇਆ ਮੈਂ ਤੈਨੂੰ ਕਹਿਣਾ ਧੋਣ ਤੇਰੀ ਜਿਹੜੀ ਆਕੜ ਗਈ ਚੱਲ ਯਾਰ ਇੱਥੇ ਬਹਿ ਮੇਰੇ ਨਾਲ ਕਰਾ ਯਾਰ ਬਹਿ ਜਾਂਦੇ ਆ ਤੂੰ ਦੱਸ ਤੂੰ ਜਾਣਾ ਕਿੱਥੇ ਗੱਲ ਮਕਾ ਐਵੇਂ ਸਾਡਾ ਡਿਆ ਜਾਣ ਦੇ ਬਹਿ ਤੇ ਜਾ ਯਾਰ ਕਿੱਡਾ ਕਿੱਡਾ ਤੂੰ ਵੈਸੇ ਪੁੱਠੇ ਤਵੇ ਅਵੇ ਖਾ ਮਾਰ ਮਾਰ ਬਿੱਲੋ ਦਲੱਤੀ ਮਾਰ ਇਹਦੇ ਸੋਟੇ ਨੂੰ ਪਰਾਂ ਖਾ ਲੇ ਚੇ ਮੈਂ ਕਹਿਣਾ ਬੋਲ ਜਾਣਾ ਕਿੱਥੇ ਹੀ ਬੋਲ ਹੁਣ ਤੈਨੂੰ ਲਿਖ ਕੇ ਦੇਦਾ ਲਿਖ ਕੇ ਦੇਦਾ ਤੂੰ ਇੱਥੇ ਮੈਨੂੰ ਖਤ ਲਿਖਣ ਦੇ ਆ ਮੈਂ ਮਸ਼ਹੂਰ ਹਾਂ ਤੇਰੀ ਲਿਖ ਕੇ ਦੇਦਾ
ਮਸ਼ੂਕ ਤੇਰਾ ਮੂੰਹ ਹੈਗਾ ਮਸ਼ੂਕ ਵਾਲਾ ਤੇਰੀ ਹੈ ਅੱਗੇ ਨਾ ਮੁੜ ਜਾ ਚੱਲ ਯਾਰ ਮੈਨੂੰ ਦੱਸ ਨਾ ਮੈਨੂੰ ਮਿੰਟ ਬਾਅਦ ਐਵੇਂ ਡਰਾ ਦਿਆ ਕਰ ਕੀ ਕਰਨਾ ਡਰਾ ਦਾਂ ਤੂੰ ਇੱਥੇ ਭਾਵੇਂ ਛਿਲੇ ਦਾ ਬਾਲ ਹੈ ਮੈਨੂੰ ਇਹ ਗੱਲ ਤੇ ਆ तेन ला दंगा अगो जिधर मर्जी मूह कर दी मेरे किन्ने सवाली के 50 रुपये लेने चल बै अद रात मेनू दे दी अद रात तू चला बंदा मेनू उंज नहीं ठीक लगता कोई पिछे हो जा तू बंदा ही उंज सही नहीं लगता मैं हुणे बुला लेना ही इत्थे पुलिस नूं सुल्तान रही मेरे मुंह को सुनेगा पुठी जी गल पुठी जी तुर जा इथो मैं तेनू कहना जाना के नहीं जाना सीधी गल कर मैं कहना फिर एवी दिमाग दे खराब कर मेरा फिर तू उथे मेरे गल पे आईएगा हुन मैं कराया मकान नु मैं अड्डे ते लाणा तेनू दसदा 50 रुपया दे के तू उथे आ जा बह जा मेरी सुन गल मेनू ना इथे बतेरे पिंडा दे विचों विच शॉर्टकट पता नहीं सीधा आपा इस्लामाबाद निकलांगे शॉर्टकट तू इस्लामाबाद शॉर्टकट लांदे आ उथे भाई जान लगे लोकां दिहाड़ी लग जांदी तू कहना शॉर्टकट तुर जाना तू मेनू उंजी लग जांदी लोक पैदल जाना घोड़ी दे दिनां दियां ही पड़े मैं चल जाना क्या नहीं जाना दस मेनू मैं तेनू कहना दस दे चल मैं दस फिर कि किराया मुक मैं बह जाना वा क्यों दसा देगा 50 रुपये अड्डे दे चल बह नहीं इस्लामाबाद दे दस मैं फिर ओही गल यार तू की कां खादे ने की करना पिया मैं कहना दस मेरा टाइम ना जाया कर मैं सवारी लैनी है मैं अगे होर सवारियां भी लैनियां मैं दिन रात पैन दी मैं वापस जाना घर लैके वापस जाना है तैं तेनू इस्लामाबाद दे क्या तू बड़ा काला है इस्लामाबाद जानू ए तू पैसे वैगन कराउंदे आ जेड़ी मेनू दसो किन्ने पैसे लोगे किन्ने पैसे लोगे गल है आपा चल पेंटर कोल आपा ते वैगन लिखा दा वैगन लिखा फिर ओही पुठियां आईयां गल्लां तू इत्थे शीशे लगे ने ते जदे वैगन लवाएगा नंबर प्लेटां लगियां कदी कुछ कदी पेट्रोल पैंदा कदी ठुंगे लवा कदी कुछ करा तू पैदा चंगा दिया टाइम बर्बाद की है कि तू इंसान है केड़ी शै है तू इंसान ही है और मैं ते नजर नहीं आउंदा ना बड़ी लेडी क्विंटा ने जरा मैं तेरा हाथ फाड़ के चाड़ा एडा तू रही नहीं कितने सहमा जिनी तू थां ले ली मेनू लगदा मेनू उंज खलो के जाना पैणा चल यार बहन आली गल हां बहन आली गल कर हाथ ना लाई मेनू बाबा अपनीयां छावां छुवां सारा कोड़ी एक कोड़ी एक दड़ी कोड़ी एक अब बंदा जेड़ा ना मेनू बंदा जेड़ा मेनू ठीक नहीं लगदा चल लो नहीं लगदा राज लो तेरा जियो ढोला ओ फिटे मुसकी मैं कहना चुप कर जा एडा तू कि रहा अकरम राई यार मैं तेन आना हम चुप करके बैठा रहा चुप करके बैठा रहा ਇਹ ਗੱਲ ਤੇਰੀ ਬਾਬਾ ਠੀਕ ਹੈ ਜਿਹੜਾ ਨਾ ਬੰਦਾ ਹੀ ਜਿਹੜਾ ਨਾ ਗੰਗਾ ਲਿਆ ਸੀ ਆਪਦੇ ਸਕੂਨ ਦਾ ਬਰਬਾਦ ਕਰਦਾ ਦੇ ਸਕੂਨ ਨਹੀਂ ਬਾਬਾ ਇਹਦੇ ਪੇਟੇ ਕਢਾਵਾਂਗਾ ਸਾਰੇ ਪੈਸੇ ਖਲੋਇਆ ਇਹ ਮੈਂ ਤੈਨੂੰ ਪੈਸੇ ਨਹੀਂ ਦੇਣੇ ਤੂੰ ਗੱਲਾਂ ਸੁਣਾਈ ਜੰਨਾ ਗੱਲਾਂ ਸੁਣਾਉਣੀ ਨਾ ਸਾਲਮ ਕਰਾਇਆ ਦੇਗਾ ਸਾਲਮ ਦੇ ਪੈਸੇ 500 ਰੁਪਏ ਪਰ ਪਾਂਗਾ ਯਾਰ ਮੈਂ ਤੈਨੂੰ ਸ਼ਗਲੋਂ ਮੰਗਣ ਵਾਲਾ ਲੱਗਣਾ ਕੰਮ ਤੇ ਤੇਰੇ ਮੰਗਣ ਵਾਲੇ ਅਰਗੇ ਹੀ ਨੇ ਕਿ ਜਿਵੇਂ ਤੂੰ ਮੁਫਤ ਦੇ ਸਾਰਿਆਂ ਨੂੰ ਫਿਰਨਾ ਇੱਥੇ ਇਸਲਾਮਾਬਾਦ ਟੁਰ ਜਾਵਾ ਤੂੰ ਜਿਵੇਂ ਇੱਥੇ ਮੇਰੇ ਮੂੰਹ ਕੋ ਸੁਣੇਗਾ ਮੈਂ ਤੈਨੂੰ ਕਹਿ ਰਿਹਾ ਹਾਂ ਮੈਂ ਬਹਿ ਗਿਆ ਤੇ ਹੁਣ ਮੈਂ ਜਾਣਾ ਇਸਲਾਮਾਬਾਦ ਹੀ ਉਹ ਇਸਲਾਮਾਬਾਦ ਇੱਥੇ ਤੈਨੂੰ ਮੈਂ ਲਾਵਾਂਗਾ ਹੁਣੇ ਵੇਖਾਂਗਾ ਤੂੰ ਉੱਤਰਦਾ ਐਡਾ ਤੂੰ ਕਿਤੇ ਰਹਿੰਦਾ ਬਦਮਾਸ਼
ਇਹ ਬਦਮਾਸ਼ੀਆਂ ਬਦਮੂਸ਼ੀਆਂ ਅਸੀਂ ਬਹੁਤ ਵੇਖੀਆਂ। ਮੈਂ ਭਾਈ ਟਾਂਗੇ ਵਾਲੇ ਗੱਲ ਤੇ ਦੱਸ, ਫਿਰ ਗੱਲ ਦੱਸ, ਤੂੰ ਮੈਨੂੰ ਗੱਲਾਂ ਪੁੱਛਣ ਨੂੰ ਬੈਠਾ, ਮੈਂ ਇੱਥੇ ਮੈਂ ਇੰਟਰਵਿਊ ਕਰਾਉਣ ਕਰਨ ਆਇਆ ਮੇਰਾ। ਅੱਛਾ ਚੱਲ ਛੱਡ ਯਾਰ, ਆਪਣਾ ਮੈਨੂੰ ਇਹ ਤੇ ਦੱਸ ਆਪਣਾ ਘੋੜੀ ਤੇਰੀ ਕਿੰਨੇ ਸੀਸੀ ਹੈਗੀ? ਬਿੱਲੋ ਕਿੰਨੇ ਸੀਸੀ ਨੂੰ ਇਹਨੂੰ ਇੰਜਨ ਲੱਗਾ, ਕਿੰਨੇ ਸੀਸੀ? ਤੋ ਇੰਜਨ ਤੋਂ ਬਗੈਰ ਲਈ ਫਿਰ ਇਹ ਪੱਠਿਆਂ ਵਾਲਾ ਸੀਸੀ ਉਹ ਕਿਹੜਾ, ਉਹ ਕਿਹੜਾ ਸੀਸੀ? ਹਾਂ ਸਮਝ ਜਾ, ਫਿਰ ਆ ਫਿਰਦੀ ਅੱਗੇ ਲੈ ਲੱਗਾ ਇੰਜਨ ਸੀਸੀ ਸੀਸੀ ਲਾਈ ਤੂੰ ਪੁੱਠੀਆਂ ਪੁੱਠੀਆਂ ਗੱਲਾਂ ਹੀ। ਮੈਨੂੰ ਇਹ ਗੱਲ ਦੱਸ ਆਪਣਾ ਕਿੰਨੇ ਗੇਰ ਨੇ ਘੋੜੀ ਦੇ? ਮੇਰਾ ਨੂੰ ਇੱਥੇ ਮੈਂ ਫਿਰ ਉਹੀ ਪੁੱਠੀਆਂ ਪੁੱਠੀਆਂ ਗੱਲਾਂ ਕਰੀ ਜਾਂਦਾ। ਚੱਲ ਸਨੋ ਚੱਲ ਬਿੱਲੋ ਬਿੱਲੋ, ਉਹ ਜਵਾਨ ਆ ਭਰਾ, ਸਮਝਦੀ ਉਹਨੂੰ ਸਮਝ ਇੰਝ ਲੱਗਦੀ ਹੈ। ਹੁਣ ਤੈਨੂੰ ਕਿੰਝ ਸਮਝਾਵਾਂ ਇਹਦੇ ਸਾਰੇ ਨੂੰ? ਬਿੱਲੋ ਇਹਦੀ ਗੱਲ ਨਾ ਮੰਨੀ, ਬੰਦਾ ਹੀ ਨਹੀਂ ਉਹ ਠੀਕ ਹੈਗਾ, ਬੰਦਾ ਉਂਝ ਹੀ ਮੈਨੂੰ ਖਰਾਬ ਲੱਗਣਾ। ਤੂੰ ਮੈਨੂੰ ਇਹ ਦੱਸ ਆਇਆ ਕਿੱਥੋਂ? ਇਸੇ ਧਰਤੀ ਦਾ ਹੀ ਹੈ ਕਿ ਕਿਸੇ ਹੋਰ ਪੱਖੀ ਜਾਂ ਕਿਸੇ ਹੋਰ ਜਗ੍ਹਾ ਤੋਂ ਆਇਆ ਹੈ? ਤੈਨੂੰ ਲੱਗਦਾ ਮੈਂ ਪੱਖੀ ਏਡੀ ਆਵਾਜ਼ ਉੱਡ ਲਾਂਗਾ ਜਿੱਦਾਂ ਮੈਂ ਬੰਦਾ ਹੀ ਮਾਇਤੀ ਕੇ ਦੁਨੀਆਂ ਦੇ ਵੇਖਿਆ ਕੋਈ, ਜਿਹਦੀਆਂ ਗੱਲਾਂ ਹੀ ਨਿਰਾਲੀਆਂ ਨੇ, ਕਮੀਜ਼ ਕਾਟੇ ਰਗਾ ਢਿੱਡ ਕੱਢਿਆ ਆਈ, ਬਿੱਲੇ ਦੀਆਂ ਅੱਖਾਂ ਨੇੜੀਆਂ ਨੇੜੀਆਂ ਤੇਰੀਆਂ, ਚੌੜੀਆਂ ਨਾਸਾਂ ਰੱਖੀਆਂ ਨੇ, ਬਕਵਾਸ ਕਰ ਰਹੇ ਹਾਂ ਚੁੱਪ ਕਰਕੇ। ਬਹਿਆ ਬਹਿਆ, ਹਾਂ ਤੂੰ ਹਾਂਜੀ ਮੈਨੂੰ ਕੋਈ ਲੱਗਦਾ ਭੰਗ ਪੀ ਗਿਆ ਇੱਥੇ ਬਹਿ ਗਿਆ ਸੂਏ ਦੇ। ਮੈਂ ਕਹਿੰਦਾ ਮੁੜ ਜਾ ਤੂੰ ਇੱਥੇ ਕਾਗਜ਼ ਬਣਾਏ ਨੇ, ਮੈਂ ਬੈਠਾ ਬਾ ਇਹ ਵੀ ਕਾਗਜ਼ ਨੇ, ਲੋਕ ਮੈਨੂੰ ਜਾਣਦੇ ਨੇ ਭਾਈ, ਪੁੱਛਣਗੇ ਮੈਂ ਮੁੜ ਗਏ ਤੇ ਭਾਈ ਮੇਰੇ ਤੋਂ ਲੱਗਦਾ ਚਤਰੋਲ ਕਰਾਏਗਾ ਇਸਲਾਮਾਬਾਦ ਫੇਰ ਉਹੀ ਗੱਲ, ਦੇ 50 ਰੁਪਏ ਕਿਰਾਇਆ ਦੇ ਪਵਨਾ ਤੇ ਜਾ ਦਾ ਜਿੱਧਰ ਮਰਜ਼ੀ ਮੇਰੇ ਨੂੰ ਜਾ ਤੱਕ, ਜਿਹੜਾ 500-700 ਲੈਣਾ ਹੀ ਲੀਲਾ ਦੇ ਮੈਨੂੰ ਇਸਲਾਮਾਬਾਦ। ਤੂੰ ਮੈਨੂੰ ਇੱਥੇ ਕੀ ਸਮਝਿਆ? ਚੱਲ ਉੱਤਰ ਥੱਲੇ, ਮੈਨੂੰ ਕਿਸੇ ਹੋਰ ਟਾਂਗੇ ਚ, ਤੂੰ ਇੱਥੇ ਇਸਲਾਮਾਬਾਦ ਤੇ ਮੈਂ ਤੈਨੂੰ ਕਿਹੜੇ ਟਾਂਗੇ ਤੇ ਬਾਰਾਂ ਦੇਸਦਾ ਹੀ, ਇੱਥੇ ਤੂੰ ਟਾਂਗਾ ਵੇ ਹੱਡੇ ਅੱਡਾ ਖਾਲੀ ਪਿਆ। ਚੱਲ ਫੜਾ ਇੱਧਰ, ਮੈਂ ਤੇ ਚੱਲ ਉੱਤਰ ਥੱਲੇ, ਮੈਂ ਫੜਾ ਮੈਨੂੰ ਜਾ ਥੱਲੇ ਉੱਤਰ, ਮੈਂ ਇੱਥੇ ਕੱਪੜੇ ਪਾ ਦੂੰਗੀ ਤੇਰੇ, ਤੂੰ ਤੈਨੂੰ ਅੱਡਾ ਦੂੰਗਾ, ਫੜੀ ਮੈਨੂੰ ਫੜੀ ਅੱਗੇ ਤੂੰ ਗੇਂਦ, ਮੈਂ ਕੈਚ ਕਰ ਲਵਾਂ ਤੂੰ ਕਾਬੂ ਕਰੀ, ਫੱਟੀਆਂ ਨਾ ਤੋੜ ਦੇਈਂ ਇੱਥੇ ਪੈਰ ਰੱਖ। ਉਹਨਾਂ ਨੇ ਆਪਣਾ ਦਿੱਤਾ, ਤੇਰਾ ਦਿੱਤਾ, ਕਿੰਨਾ ਮੇਰਾ? 50 ਪੈਸੇ ਦੇ, ਛੇਤੀ ਕਰ।
छेती कर मैं जेब चो आप कट लूंगा ही नहीं जेब तो तेन पता मैं केड़ी जेब चे रखी जी हो या शक्लों तू चोर लग ना तेरे को दिल के पैसे भी ना निकलन उम्मीद करने पसंद आई होगी। असल जी कॉमेडी वीडियो बनाई है अलबेला टीवी तो जरा इंप्रेस होके बनाई है। बाकी आया कि अपना दुआवां जी याद रख्या करो, चैनल सबसक्राइब करो, वीडियो लाइक करो, शेयर करया करो, बल्कि दस्या करो कि किस तरह के कंटेंट बनाए जान। तो जरा वीरे दब के सपोर्ट करो। तो इंशाल्लाह मिलने फिर एक नवे ब्लॉग के नाल। अल्लाह हाफिज़।